ਮੈਂ ਇਹਦਾ ਨਾਮ ਸ਼ਾਦੀਆ ਹੈ ਅਤੇ ਸਾਡੀ ਮਰੀਜ਼ ਨੂੰ ਦੋ ਢਾਈ ਸਾਲ ਤੋਂ ਪੇਟ ਵਿੱਚ ਦਰਦ ਸੀ ਅਤੇ ਪੇਟ ਫੁੱਲ ਜਾਂਦਾ ਸੀ ਅਤੇ ਉਲਟੀ ਵੀ ਆਉਂਦੀ ਸੀ ਅਤੇ ਅਸੀਂ ਕਾਫੀ ਇਲਾਜ ਕਰਵਾਏ ਦੋ ਢਾਈ ਸਾਲ ਤੋਂ ਇਲਾਜ ਕਰਵਾ ਰਹੇ ਹਾਂ ਪ੍ਰਾਈਵੇਟ ਵੀ ਕਰਵਾਏ ਸਰਕਾਰੀ ਵੀ ਮਗਰ ਕੋਈ ਮਤਲਬ ਕਿ ਫਰਕ ਨਹੀਂ ਪਿਆ ਅਤੇ ਡਾਕਟਰਾਂ ਨੇ ਕਿਹਾ ਸੀ ਕਿ ਮਤਲਬ ਕਿ ਇਹਦੇ ਹੜੀਆਂ ਅਤੇ ਇਹਦਾ ਓਪਰੇਸ਼ਨ ਹੋਏਗਾ ਅਸੀਂ ਡਾਕਟਰ ਰਿਜ਼ਵਾਨ ਅਹਿਮਦ ਕੋਲ ਆਏ ਅਸੀਂ ਇਹਨਾਂ ਨੂੰ ਦੱਸਿਆ ਕਿ ਅਸੀਂ ਮਤਲਬ ਕਿ ਓਪਰੇਸ਼ਨ ਨਹੀਂ ਕਰਵਾ ਸਕਦੇ ਬਹੁਤ ਮਹਿੰਗਾ ਓਪਰੇਸ਼ਨ ਹੈ ਮੇਰੇ ਭਾਈ ਜਿਹੜੇ ਨੇ ਉਹ ਮਿਹਨਤ ਮਜ਼ਦੂਰੀ ਕਰਦੇ ਨੇ ਅਤੇ ਉਹ ਨਹੀਂ ਅਫੋਰਡ ਕਰ ਸਕਦੇ ਸੀ ਇਸ ਲਈ ਡਾਕਟਰ ਰਿਜ਼ਵਾਨ ਅਹਿਮਦ ਨੇ ਸਾਨੂੰ ਦੱਸਿਆ ਕਿ ਅਸੀਂ ਤੁਹਾਡਾ ਓਪਰੇਸ਼ਨ ਕਰਵਾਵਾਂਗੇ ਟੀ ਐੱਚ ਅਦਾਰਾ ਹੈ ਉਹਨਾਂ ਦੇ ਥਰੂ ਅਤੇ ਅਸੀਂ ਫਾਈਲ ਜਮ੍ਹਾਂ ਕਰਵਾਈ ਇਹਨਾਂ ਨੇ ਸਾਨੂੰ 15 ਤਰੀਕ ਨੂੰ ਬੁਲਵਾਇਆ ਕਿ ਤੁਹਾਡਾ ਓਪਰੇਸ਼ਨ ਹੈ 15 ਤਰੀਕ ਨੂੰ ਅਸੀਂ 15 ਤਰੀਕ ਨੂੰ ਆਏ ਇਹਨਾਂ ਨੇ ਸਾਡਾ ਓਪਰੇਸ਼ਨ ਕੀਤਾ ਮਾਸ਼ਾਅੱਲਾ ਬਹੁਤ ਅੱਛਾ ਓਪਰੇਸ਼ਨ ਕੀਤਾ ਹੈ ਬਹੁਤ ਕੇਅਰ ਕੀਤੀ ਹੈ ਅਤੇ ਬਿਲਕੁਲ ਫਰੀ ਕੀਤਾ ਹੈ ਓਪਰੇਸ਼ਨ ਬਿਲਕੁਲ ਫਰੀ ਕੀਤਾ ਹੈ ਸਾਡਾ ਇੱਕ ਰੁਪਿਆ ਨਹੀਂ ਲੱਗਾ ਅਤੇ ਸਾਡੇ ਪੈਸੇ ਵਗੈਰਾ ਨਹੀਂ ਲੱਗੇ ਅੱਲਾਹ ਤਾਲਾ ਇਹਨਾਂ ਨੂੰ ਹੋਰ ਤਰੱਕੀ ਦੇਵੇ ਟੀ ਐੱਚ ਅਦਾਰੇ ਨੂੰ।